ਕਹਿੰਦਾ ਯਾਰੀ ਯਾਰੀ ਹਰ ਕੋਈ ਕਰਦਾ ਯਾਰੀ ਦੇ ਘਰ ਦੂਰ, ਇਹ ਗੱਲ ਅਸੀਂ ਸਮਝ ਗਏ, ਤੁਸੀਂ ਵੀ ਸਮਝੋ ਜ਼ਰੂਰ ਬਾਈ। ਬਾਈ ਜੀ ਸਤਿ ਸ਼੍ਰੀ ਅਕਾਲ, ਨਮਸਕਾਰ, ਸਲਾਮ। ਅਤੇ ਬਾਬਿਓ ਆਹ ਜਿਹੜਾ ਤੁਹਾਡੇ ਮੂਹਰੇ ਅੱਗ ਦੀ ਲਾਟ ਬਸ਼ੀਰਾ ਹੈ ਨਾ ਬਾਈ, ਕੀ ਜਵਾਬ ਦੇਵਾਂ ਇਸ ਬੱਚੇ ਦਾ, ਖੜਦਾ ਹੀ ਨਹੀਂ ਸੀ। ਕਹਿੰਦਾ ਸੀ ਮੈਨੂੰ ਛੱਡ ਦਿਉ, ਛੱਡ ਦਿਉ, ਛੱਡ ਦਿਉ, ਮੈਨੂੰ ਫਿਰ ਲੈਣ ਦਿਉ, ਮੈਨੂੰ ਲੱਤਾਂ ਬਾਹਾਂ ਪੂਰੀਆਂ ਖੋਲ੍ਹ ਲੈਣ ਦਿਉ। ਬਾਈ ਜੀ ਬਹੁਤ ਸੋਹਣਾ ਬੱਚਾ ਸਾਲਕ ਦਾ ਹੋਇਆ ਹੋਊ, ਅਤੇ ਇਹਦਾ ਸਾਇਰ ਹੈਗਾ ਵਾ ਸਪਤਾਸ਼। ਬਾਈ ਜੀ ਬਾਹਲਾ ਡਿਫਰੈਂਟ ਰੰਗ ਹੈ, ਅਤੇ ਬਾਈ ਜਿਹੜੀ ਇਹਦੇ 'ਚ ਬਿਊਟੀ ਆ, ਬਿਊਟੀ ਮਤਲਬ ਕੰਨ ਕਨੌਤੀਆਂ ਬਰੀਕੀਆਂ ਤਾਂ ਐਂ ਆ ਜਿਵੇਂ ਬੱਚਾ ਬਣਿਆ ਹੀ ਸ਼ੋਅ ਲਈ ਹੋਵੇ। ਬੱਚਾ ਬਾਈ ਜੀ ਪੂਰਾ ਐਟੀਟਿਊਡ 'ਚ ਆ ਰਾਮਦੂਤ ਸਟੱਡ ਫਾਰਮ ਗੁਜਰਾਤ, ਠੀਕ ਹੈ ਜੀ। ਜਿਹੜੇ ਵੀਰ ਹੋਣਾ ਕੋਲ ਰਾਜ ਸ਼ਿੰਗਾਰ ਆ ਇਹ ਉਹਨਾਂ ਕੋਲ ਆ, ਅਤੇ ਬੱਚਾ ਬਾਈ ਹੋਏ ਹੋਇਆ ਦੇਖੋ ਲੈ ਬਾਈ ਯਾਰ, ਦੇਖਦਾ ਦਿਲ ਕਰਦਾ ਦੇਖੀ ਜਾਵਾਂ, ਬੋਲ ਨਹੀਂ ਭੁੱਲ ਜਾਂਦਾ ਕਈ ਵਾਰੀ ਵੀਡੀਓ ਕਰਦੇ ਕਰਦੇ। ਵੀਰੇ ਬਹੁਤ ਸੋਹਣਾ ਐਟੀਟਿਊਡ ਵਾਲਾ ਬੱਚਾ ਹੈ, ਮੇਰਾ ਦਿਲ ਕੀਤਾ ਮੈਂ ਕਿਹਾ ਆਹ ਵੀ ਤੁਹਾਡੇ ਨਾਲ ਸ਼ੇਅਰ ਕਰ ਦੇਵਾਂ। ਇਹਦੇ ਬਹੁਤ ਥੋੜ੍ਹੇ ਹੀ ਮੇਰੇ ਕੋਲ ਆਹ ਸੀਗੇ ਸ਼ੋਟ ਜੇ, ਪਰ ਤਾਂ ਵੀ ਚਲੋ ਮੈਂ ਕਿਹਾ ਜਿੰਨਾ ਕੁ ਹੋ ਸਕਦਾ ਵੀਰ ਹੁਣਾਂ ਨੂੰ ਦਿਖਾ ਦਈਏ। ਬਾਈ ਜੀ ਬਹੁਤ ਸੋਹਣਾ ਬੱਚਾ, ਅਤੇ ਤੁਸੀਂ ਵੀਰਾਂ ਨੇ ਵੀ ਮੇਰੇ ਯਾਰਾਂ ਨੇ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਬਾਈ ਕਿ ਬੱਚਾ ਕਿੱਦਾਂ ਦਾ ਲੱਗਿਆ। ਅਤੇ ਬਾਈ ਇੱਕ ਗੱਲ ਹੋਰ ਦੱਸਦਾ, ਆਹ ਬੱਚਾ ਜਦੋਂ ਚੱਲਦਾ ਹੈ ਨਾ ਮੂਰਲਾ ਪੈਰ ਐਂ ਚੱਕਦਾ ਜਿਵੇਂ ਬਾਈ ਤੁਸੀਂ ਉਹ ਦੇਖਿਆ ਹੋਣਾ ਆਪਣਾ ਜਿਹੜਾ ਰਾਜਸਥਾਨ ਸਵਾਈ ਸਿੰਘ ਜੀ ਬਣਾ ਹੋਣਾ ਕੋਲ ਆ ਘੋੜਾ, ਉਹ ਕਿੱਦਾਂ ਤੁਰਿਆ ਸੀ ਸ਼ੋਅ 'ਚ। ਬਾਈ ਜੀ ਉਹ ਇਹਨਾਂ ਦੇ ਬਲੱਡ 'ਚ ਹੀ ਆ, ਬਲੱਡ 'ਚ ਹੀ ਮੂਰਲਾ ਪੈਰ ਚੱਕ ਚੱਕ ਕੇ ਰੱਖਣਾ, ਠੀਕ ਹੈ ਬਾਈ। ਆਹੀ ਦੱਸਣਾ ਸੀ, ਲਵ ਯੂ ਆਲ ਆ, ਧੰਨਵਾਦ।